ਪੰਜਾਬ 'ਚ ਕਿੰਨੀ ਤਰੱਕੀ ਹੋ ਰਹੀ ਹੈ ਤੇ ਪੰਜਾਬ ਦੇ ਲੋਕੀ ਜਾਂਦੇ ਨੇ ਤੇ ਪੈਸਿਆਂ ਦੇ ਨਾਲ ਦੁਰਵਰਤੋਂ ਕਰਕੇ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਭਗਵੰਤ ਮਾਨ ਤੇ ਸਾਰੇ ਪੂਰੇ ਗੁਜਰਾਤ ਹਿਮਾਚਲ ਦੇ ਗੇੜੇ ਲਾ ਰਹੇ ਨੇ ਪੰਜਾਬ ਦੇ ਖਰਚੇ ਦੇ ਨਾਲ ਤੇ ਪੰਜਾਬ ਦਾ ਖੂਨ ਚੂਸ ਕੇ ਪੰਜਾਬ ਨੂੰ ਕਰਜ਼ਾਈ ਕਰ ਰਹੇ ਨੇ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਆ ਹੈਗਾ ਬਦਲਾਵ ਜਿੱਥੇ ਲੋਕਾਂ ਵਾਸਤੇ ਹੁਣ ਸਰਕਾਰ ਨੂੰ ਨਾ ਸਮਾਂ ਹੈ ਤੇ ਨਾ ਹੀ ਪਰਵਾਹ मुख मंत्री भगवंत मान पंजाब दे पैसियां नाल केजरीवाल नूं चमकाउण लई गुजरात ते हिमाचल दे गेड़े मार रहे ए तंज बठिंडा तो सांसद अते साबका केंद्रीय मंत्री हरसिमरत कौर बादल ने कसिया है। उन्होंने कहा कि सीएम साहब सूबे दा विकास करन दी बजाए सूबे नूं करजाई बना रहे ने ते पिछले 6 महीनियां विच पंजाब दे विच इह बदलाव आया है। ਉਹੀ ਮੈਂ ਕਹਿ ਰਹੀ ਕਿ ਲੋਕਾਂ ਦੀ ਤਕਲੀਫਾਂ ਨੂੰ ਦੂਰ ਇੱਥੇ ਵਿਚਾਰੇ ਬਜ਼ੁਰਗ ਕਹਿ ਰਹੇ ਸਾਡੀ ਪੈਨਸ਼ਨ ਲਗਾ ਦਿਓ, ਕਿਸੇ ਦਾ ਕਾਰਡ ਕੱਟਿਆ ਹੋਇਆ ਹੈ, ਆਹ ਗਰੀਬ ਬੱਚੀ ਇੱਥੇ ਉਹਦਾ ਵਜ਼ੀਫਾ ਨਹੀਂ ਮਿਲਿਆ, ਫਿਰ 14,000 ਕਰੋੜ ਦਾ ਕਰਜ਼ਾ, 700 ਕਰੋੜ ਪ੍ਰਚਾਰ ਦਾ ਬਜਟ, ਕਦੇ ਗੁਜਰਾਤ 'ਚ ਉੱਥੇ ਅਖਬਾਰਾਂ 'ਚ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤਾਂ ਹਰੇਕ ਸੂਬੇ ਦੇ ਅਖਬਾਰ 'ਚ ਪੂਰੇ ਪੂਰੇ ਵੱਡੇ ਇਸ਼ਤਿਹਾਰ ਕਿ ਪੰਜਾਬ ਤੋਂ ਭ੍ਰਿਸ਼ਟਾਚਾਰ ਖਤਮ ਕਰਤਾ ਹੈ, ਪੰਜਾਬ ਤੋਂ ਨਸ਼ੇ ਖਤਮ ਕਰਤੇ ਨੇ, ਪੰਜਾਬ 'ਚ ਕਿੰਨੀਆਂ ਨੌਕਰੀਆਂ ਦੇ ਦਿੱਤੀਆਂ ਨੇ ਤੇ ਪੰਜਾਬ 'ਚ ਕਿੰਨੀ ਤਰੱਕੀ ਹੋ ਰਹੀ ਹੈ ਤੇ ਪੰਜਾਬ ਦੇ ਲੋਕੀ ਜਾਂਦੇ ਨੇ। ਜਿਹੜਾ 1,000 ਰੁਪਏ ਦੇਣਾ ਸੀ ਉਹ ਕਿਸੇ ਬੀਬੀ ਨੂੰ ਅੱਜ ਦਵਾਈ ਨਹੀਂ ਮਿਲੀ 6 ਮਹੀਨਿਆਂ 'ਚ, ਤੇ ਪੈਸਿਆਂ ਦੇ ਨਾਲ ਦੁਰਵਰਤੋਂ ਕਰਕੇ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਭਗਵੰਤ ਮਾਨ ਤੇ ਸਾਰੇ ਪੂਰੇ ਗੁਜਰਾਤ ਹਿਮਾਚਲ ਦੇ ਗੇੜੇ ਲਾ ਰਹੇ ਨੇ ਪੰਜਾਬ ਦੇ ਖਰਚੇ ਦੇ ਨਾਲ ਤੇ ਪੰਜਾਬ ਦਾ ਖੂਨ ਚੂਸ ਕੇ ਪੰਜਾਬ ਨੂੰ ਕਰਜ਼ਾਈ ਕਰ ਰਹੇ ਨੇ ਕੇਜਰੀਵਾਲ ਨੂੰ ਚਮਕਾਉਣ ਵਾਸਤੇ। ਆਹ ਹੈਗਾ ਬਦਲਾਵ ਜਿੱਥੇ ਲੋਕਾਂ ਵਾਸਤੇ ਹੁਣ ਸਰਕਾਰ ਨੂੰ ਨਾ ਸਮਾਂ ਹੈ ਤੇ ਨਾ ਹੀ ਪਰਵਾਹ, ਇਹ ਬਦਲਾਵ ਆਇਆ ਪੰਜਾਬ 'ਚ। ਇਸ ਦੇ ਨਾਲ ਹੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿਛਲੇ 8 ਮਹੀਨਿਆਂ ਤੋਂ ਸੀਵਰੇਜ ਦੇ ਗੰਦੇ ਪਾਣੀ ਵਿੱਚ ਰਹਿ ਰਹੇ ਲੋਕਾਂ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਸਰਕਾਰ ਉੱਤੇ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੱਲ੍ਹ ਝੂਠੇ ਦੋਸ਼ ਲਗਾਉਣ ਉੱਤੇ ਪੇਸ਼ੀ ਭੁਗਤਣ ਆਏ ਸਨ, ਪਰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਉਹਨਾਂ ਕੋਲ ਸਮਾਂ ਨਹੀਂ ਸੀ। 92 MLA ਦੇ ਨਾਲ ਇੰਨੀ ਤਕੜੀ ਬਹੁਮਤ ਵਾਲੀ ਸਰਕਾਰ ਬਣੇ, 14,000 ਕਰੋੜ ਰੁਪਏ ਕਰਜ਼ਾ ਪਹਿਲੇ 4 ਮਹੀਨਿਆਂ 'ਚ ਉਹਨਾਂ ਨੇ ਲੈ ਲਿਆ ਤੇ ਕਹਿੰਦੇ ਸੀ ਸਾਲ 'ਚ ਭ੍ਰਿਸ਼ਟਾਚਾਰ ਹੀ ਖਤਮ ਕਰਕੇ ਅਸੀਂ 35,000 ਕਰੋੜ ਕਮਾ ਲਾਂਗੇ, ਰੇਤਾ ਬਜਰੀ ਸ਼ਰਾਬ ਸਾਰਾ ਭ੍ਰਿਸ਼ਟਾਚਾਰ ਖਤਮ ਕਰਕੇ 35,000, ਹੁਣ 6 ਮਹੀਨਿਆਂ 'ਚ 35 ਦਾ 15,000 ਤਾਂ ਕਮਾਈ ਗਏ ਹੋਣਗੇ ਤੇ 14,000 ਇਹਨਾਂ ਨੇ ਕਰਜ਼ਾ ਲੈ ਲਿਆ, ਇਹ ਸਾਰਾ ਕੁਛ ਮਿਲਾ ਕੇ 30,000 ਕਰੋੜ ਜਿਹੜੇ ਆ ਗਏ। ਮੈਨੂੰ ਹੈਰਾਨ ਹੈ ਕਿ ਅੱਜ ਵੀ ਗਰੀਬਾਂ ਦੀ ਬੱਚਿਆਂ ਦੇ ਸਕੂਲ, ਉੱਥੇ ਕਿਚਨ ਵਾਸਤੇ, ਖਾਣਾ ਪਕਾਉਣ ਵਾਸਤੇ, ਕਮਰੇ ਵਾਸਤੇ ਤਰਸ ਰਹੇ ਨੇ ਤੇ ਚਕੇਰੀਆਂ ਦੇ ਫਾਟਕ ਦੇ ਕੋਲ, ਕਿਹੜਾ ਸਵੀਟ ਦੀ ਦੁਕਾਨ, ਸ਼ਾਮ ਸਵੀਟ ਦੇ ਸਾਹਮਣੇ, ਦੁਕਾਨ ਦੇ ਸਾਹਮਣੇ ਜੇ ਕੋਈ ਬੰਦਾ ਜਾ ਕੇ ਖੜ ਜਾਏ, ਮੈਨੂੰ ਲੱਗਦਾ ਇਸ ਸਰਕਾਰ ਨੂੰ ਕੱਲ੍ਹ ਭਗਵੰਤ ਮਾਨ ਮੁੱਖ ਮੰਤਰੀ ਆਪ ਮਾਨਸੇ ਆਏ, ਮਾਨਸੇ ਆ ਕੇ ਮੈਂ ਸੋਚੀ ਸੀ ਬਾਦਲ ਸਾਹਿਬ ਤਾਂ ਜਦੋਂ ਵੀ ਜਾਂਦੇ ਸੀ ਪਹਿਲੇ ਸਾਰੇ ਪ੍ਰਸ਼ਾਸਨ ਨੂੰ, ਲੀਡਰਸ਼ਿਪ ਨੂੰ ਬੁਲਾ ਕੇ ਪੁੱਛਦੇ ਸੀ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਮੈਂ ਸੋਚਿਆ ਮਾਨ ਸਾਹਿਬ ਮਾਨਸੇ ਆ ਰਹੇ, ਬੜੀ ਚੰਗੀ ਗੱਲ ਹੈ, ਪਹਿਲੇ ਰਾਤ ਬਠਿੰਡੇ ਰਹੇ, ਬਠਿੰਡੇ ਨੂੰ ਕੁਛ ਦੇ ਕੇ ਜਾਣਗੇ, ਮਾਨਸੇ ਆਏ ਨੇ ਭਾਵੇਂ ਕਚਹਿਰੀ 'ਚ ਪੇਸ਼ੀ ਵਾਸਤੇ ਆਏ ਸੀਗੇ ਕਿਉਂਕਿ ਝੂਠੇ ਇਲਜ਼ਾਮ ਕਿਸੇ ਦੇ ਉੱਤੇ ਲਾਏ ਸੀ, ਲੇਕਿਨ ਪੇਸ਼ੀ ਕਰਕੇ ਸਮਾਂ ਤਾਂ ਸੀਗਾ, ਪ੍ਰਸ਼ਾਸਨ ਨੂੰ ਬੁਲਾਉਂਦੇ, ਉੱਥੇ ਦੇ ਜਿਹੜੇ ਮੰਤਰੀ ਨੂੰ ਕੱਢਿਆ ਸੀਗਾ ਭ੍ਰਿਸ਼ਟਾਚਾਰ ਕਰਕੇ ਤੇ ਫਿਰ ਵਾਪਸ ਲੈ ਲਿਆ, ਜੇ ਭ੍ਰਿਸ਼ਟਾਚਾਰ ਕੀਤਾ ਤਾਂ ਵਾਪਸ ਕਿਉਂ ਲਿਆ ਤੇ ਜੇ ਨਹੀਂ ਕੀਤਾ ਸੀ ਫਿਰ ਕੱਢਿਆ ਕਿਉਂ, ਉਹਨੂੰ ਬੁਲਾ ਕੇ ਪੁੱਛ ਲੈਣ, ਤੁਹਾਡੇ ਮਾਨਸੇ 'ਚ ਕੋਈ ਚੀਜ਼ ਦੀ ਤਕਲੀਫ ਨਹੀਂ, ਲੇਕਿਨ ਪੁੱਛਣਾ ਤਾਂ ਕੀ ਸੀ, ਚਕੇਰੀਆਂ ਫਾਟਕ ਦੇ ਨੇੜੇ ਜਾ ਕੇ ਦੇਖੋ ਕਿਹੋ ਜਿਹੇ ਨਰਕ 'ਚ ਲੋਕੀ ਰਹਿ ਰਹੇ ਨੇ, 6-8 ਇਹੋ ਜਿਹੀ ਗਲੀਆਂ ਜਿੱਥੇ ਗੰਦਾ ਪਾਣੀ 6 ਮਹੀਨਿਆਂ ਦਾ ਖੜਾ ਹੈ ਤੇ ਮਾੜੀ ਜਿਹੀ ਰਕਮ 4-6 ਲੱਖ ਦੇ ਨਾਲ ਲੋਕਾਂ ਦਾ ਜੀਵਨ ਸੁਧਰ ਸਕਦਾ, ਜਿਨ੍ਹਾਂ ਦੇ ਬੱਚੇ ਡੇਂਗੂ ਦੇ ਨਾਲ, ਮਲੇਰੀਆ ਦੇ ਨਾਲ, ਚਿਕਨਗੁਨੀਆ ਦੇ ਨਾਲ ਮਰ ਰਹੇ ਨੇ, ਰੋਜ਼ ਬਿਮਾਰ ਹੋ ਰਹੇ ਨੇ, ਬੁਖਾਰ ਹੀ ਨਹੀਂ ਉਤਰ ਰਿਹਾ। ਮੁੱਖ ਮੰਤਰੀ ਉੱਥੇ ਗੇੜਾ ਲਾ ਕੇ ਗੱਲਾਂ ਗੁੱਲਾਂ ਮਾਰ ਕੇ ਗੁਜਰਾਤ ਗਰਬਾ ਕਰਨ ਵਾਸਤੇ ਨੱਠ ਜਾਂਦੇ ਨੇ, ਤਾਂ ਬੜੀ ਦੁੱਖ ਦੀ ਗੱਲ ਹੈ ਕਿ ਅੱਜ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਨਾ ਸਰਕਾਰ ਹੈ ਨਾ ਸੱਤਾ ਹੈ, 5 ਸਾਲ ਕਾਂਗਰਸ ਰਹੀ, 1 ਲੱਖ ਕਰੋੜ ਦਾ ਕਰਜ਼ਾ ਚਾੜਤਾ, ਦਵਾਨੀ ਕਿਸੇ ਨੂੰ ਕੁਛ ਨਹੀਂ ਦਿੱਤੀ, ਵਿਕਾਸ ਦਾ ਕੰਮ ਨਹੀਂ ਕੀਤਾ, 6 ਮਹੀਨੇ ਆ ਝੂਠੀ ਸਰਕਾਰ ਆ ਗਈ ਹੈ ਤੇ ਅੱਜ ਵੀ ਮੈਨੂੰ ਉੱਥੇ ਜਾ ਕੇ ਮੈਂ DC ਸਾਹਿਬ ਨੂੰ ਫੋਨ ਕਰਕੇ ਕਿਹਾ ਇਸ ਨਰਕ ਤੋਂ ਇਹ ਗੰਦਾ ਪਾਣੀ ਕੱਢੋ, ਲੋਕਾਂ ਨੂੰ ਇਹਨਾਂ 'ਚ ਆ ਕੇ ਤੁਸੀਂ ਇੱਥੇ ਅੱਗੇ ਤਕਲੀਫ ਦੇਖੋ, ਜੇ ਤੁਹਾਡੀ 92 MLA ਵੀ ਸਰਕਾਰ ਤੁਹਾਨੂੰ ਦਵਾਨੀ ਨਹੀਂ ਦਿੰਦੀ, ਮੇਰੇ MP ਲੈਟ ਤੋਂ ਲੈ ਕੇ ਇਹਨਾਂ ਵੀ ਜ਼ਿੰਦਗੀ ਨੂੰ ਇਸ ਨਰਕ ਤੋਂ ਬਚਾ ਲਓ। ਦੱਸ ਦਿੰਦੇ ਹਾਂ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਹਲਕੇ ਦਾ ਦੌਰਾ ਕੀਤਾ, ਇਸ ਦੌਰੇ ਦੌਰਾਨ ਜਿੱਥੇ ਉਹਨਾਂ ਮਾਨਸਾ ਦੇ ਵਾਰਡ ਨੰਬਰ 25 ਦੇ ਸਰਕਾਰੀ ਸਕੂਲ ਨੂੰ ਰਸੋਈ ਲਈ ਗ੍ਰਾਂਟ ਜਾਰੀ ਕੀਤੀ
उत्थे उन्हां चकेरिया फाटक उत्ते अंडर ब्रिज बनाउण दी मंग नूं हल करन लई हर सहयोग देण दी गल कही। मानसा तो अमरजीत चाहल दी रिपोर्ट, जगबानी टीवी।